ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ, ਕਿਹੜਾ ਪਿੰਡ ਹੈ? ਆਪਣਾ ਕਿਲਾ ਭਰੀਆ ਪਿੰਡ ਹੈ ਜੀ। ਅੱਛਾ ਜੀ। ਸੁਖਚਰਨ ਮੇਰਾ ਨਾਮ ਹੈ ਜੀ। ਠੀਕ ਹੈ ਜੀ। ਅਤੇ ਇਹ ਗਊ ਆਪਾਂ ਤੜਕੇ ਲਈਏ ਬੈਠ। ਵੀਡੀਓ ਦੇਖੀ ਸੀ? ਹਾਂ, ਵੀਡੀਓ ਦੇਖ ਕੇ ਬਹਿੜੀ, ਫਿਰ ਅਸੀਂ ਗਿਆ ਇੱਥੋਂ। ਠੀਕ ਹੈ ਜੀ। ਜਾ ਕੇ ਸਾਡੇ ਜਿੰਦ ਨੂੰ ਗਊ ਸੂ ਪੀਤੀ ਗੀ। ਠੀਕ ਹੈ ਜੀ। ਜਾ ਕੇ ਸੌਦਾ ਕਰਿਆ ਸੀ ਨਾ ਇਹਦਾ। ਦੋਸਤੋ, ਆਪਾਂ ਨਾ ਸਵੇਰੇ ਜਿਹੜੀ ਗਾਂ ਸੂਈ ਹੈ ਨਾ, 5 ਵਜੇ ਉਹਦੀ ਵੀਡੀਓ ਪਾਈ ਸੀ ਯੂਟਿਊਬ 'ਤੇ। ਇਹ ਗਾਂ ਸੇਲ ਹੋ ਚੁੱਕੀ ਸੀ, ਆਪਾਂ ਛੱਡਣ ਜਾਵਾਂਗੇ ਹੁਣ, ਦਿਖਾਵਾਂਗੇ ਤੁਹਾਨੂੰ ਸਾਰਾ ਬਲੌਗ। ਅਤੇ ਬਲੌਗ ਦੇ ਵਿੱਚ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ, ਉੱਥੇ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਆਪਾਂ। ਲਾਸਟ ਤੱਕ ਦੇਖਿਓ ਵੀਡੀਓ ਨੂੰ, ਕਰ ਦਿਓ ਲਾਈਕ ਅਤੇ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ। ਲੈ ਗਾਂ ਆਪਾਂ ਚੜ੍ਹਾ ਰਹੇ ਹਾਂਗੇ, ਦੇਖੋ ਤੁਸੀਂ। ਲਿਆ ਬੱਛਰਾ ਵੀ ਲੈ ਗਿਆ, ਵੱਛੀ ਆ ਬੱਛੇ ਹੈਂ, ਉਹ ਚੜ੍ਹਾ ਲਾ ਯਾਰ, ਤੈਨੂੰ ਮਿਲੀ ਖੜੀ ਦੇ। ਜੇਰ ਵਗੈਰਾ ਇਹਦੀ ਪੈ ਚੁੱਕੀ ਸੀ, ਪਿੱਛੇ ਜੈਗ ਦੇ ਸ਼ੀਮਣ ਦੀ ਵੱਸੀ ਆ, ਤੁਸੀਂ ਦੇਖ ਸਕਦੇ ਹੋ, ਜੇਰ ਵਗੈਰਾ ਪੈ ਚੁੱਕੀ ਸੀ। ਚਲੋ ਲੈ ਗਿਆ, ਚੱਕ ਚੱਕਲਾ ਚੱਕਲਾ ਲੈ ਆ ਜਾ ਹੁਣ, ਗਾਂ ਤਾਂ ਉਹ ਖੜਾ ਲਈ ਉਹ। ਲੈ ਦੋਸਤੋ, ਆਪਾਂ ਜਿਹੜੀ ਗਾਂ ਚੜ੍ਹਾਈ ਸੀ ਨਾ ਸਵੇਰੇ, ਵੀਡੀਓ ਪਾਈ ਸੀ ਯੂਟਿਊਬ 'ਤੇ, ਉਹ ਗਾਂ ਬਾਈ ਨੇ ਖਰੀਦ ਲਈ ਸੀ। ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਪਹਿਲਾਂ ਤੁਸੀਂ ਗਾਂ ਚੈੱਕ ਕਰ ਲਓ, ਸਵੇਰੇ ਸੂਈ ਸੀ ਜਿਹੜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ, ਕਿਹੜਾ ਪਿੰਡ ਹੈ? ਆਪਣਾ ਕਿਲਾ ਭਰੀਆ ਪਿੰਡ ਹੈ ਜੀ। ਅੱਛਾ ਜੀ। ਸੁਖਚਰਨ ਮੇਰਾ ਨਾਮ ਹੈ ਜੀ। ਠੀਕ ਹੈ ਜੀ। ਅਤੇ ਇਹ ਗਊ ਆਪਾਂ ਤੜਕੇ ਲਈਏ ਬੈਠ। ਵੀਡੀਓ ਦੇਖੀ ਸੀ? ਹਾਂ, ਵੀਡੀਓ ਦੇਖ ਕੇ ਬਹਿੜੀ, ਫਿਰ ਅਸੀਂ ਗਿਆ ਇੱਥੋਂ। ਠੀਕ ਹੈ ਜੀ। ਜਾ ਕੇ ਸਾਡੇ ਜਿੰਦ ਨੂੰ ਗਊ ਸੂ ਪੀਤੀ ਗੀ। ਠੀਕ ਹੈ ਜੀ। ਜਾ ਕੇ ਸੌਦਾ ਕਰਿਆ ਸੀ ਨਾ ਇਹਦਾ, 55,000 ਰੁਪਏ ਦਾ। ਠੀਕ ਹੈ। ਇਹਦਾ ਮੁੱਲ 57,000 ਰੁਪਇਆ ਸੀ। ਠੀਕ ਹੈ ਜੀ। 55,000 ਦੀ ਗਊ ਆਪਾਂ ਨੇ ਲਈ ਹੈ। ਠੀਕ ਹੈ ਜੀ। ਹਾਂ, ਆਪਣੇ ਘਰ ਪਹੁੰਚ ਚੁੱਕੀ ਆ ਹੁਣ। ਇਹ ਕਿਵੇਂ ਲੱਗਦੀ ਹੈ ਜੀ ਗਾਂ? ਗਊ ਠੀਕ ਹੈ, ਸਾਰੇ ਪੱਖੋਂ ਪੂਰੀ ਹੈ। ਬਾਕੀ ਹੁਣ ਧਾਰਾ ਮਾਰ ਕੇ ਉੱਥੇ ਉਹ ਕਰੀ ਆ, ਬੋਲੇ ਹੀ ਕੱਢੇ। ਕਿੰਨੀਆਂ ਗਾਵਾਂ ਸੀਗੀਆਂ ਟੋਟਲ, ਤੁਸੀਂ ਦੇਖੀਆਂ ਹੋਣੀਆਂ? ਉੱਥੇ ਗਾਵਾਂ ਹੈਗੀਆਂ ਤੇ ਆ, ਘੱਟ ਤੋਂ ਘੱਟ ਮੈਂ ਕਹਿੰਦਾ 10 ਗਊਆਂ ਹੈਗੀਆਂ ਤੇ ਆ। ਠੀਕ ਆ। ਕਿਵੇਂ ਲੱਗਦਾ ਬਾਈ ਦਾ ਕੰਮ? ਕੰਮ ਉਹਦਾ ਬਹੁਤ ਵਧੀਆ ਬਾਈ ਦਾ, ਬਹੁਤ ਵਧੀਆ ਕੰਮ। ਕਿੰਨੇ ਕੁ ਟਾਈਮ 'ਚ ਸੌਦਾ ਕਰ ਲਿਆ ਸੀਗਾ ਤੁਸੀਂ? ਆਪਾਂ ਨੇ ਕੋਈ ਟਾਈਮ ਨਹੀਂ ਕਰਿਆ ਹੈਗਾ, ਲਾਇਆ ਵਾਲਾ। ਠੀਕ ਹੈ ਜੀ। ਅਤੇ ਬਸ ਸਾਰੇ 10 ਮਿੰਟ ਲਾਏ ਨੇਗੇ, ਉਹ ਕਹਿੰਦਾ ਵੀ ਗਊ ਪਾਸ ਕਰ ਲਓ ਤੁਸੀਂ। ਠੀਕ ਹੈ ਜੀ। ਹਾਂ, ਆਪਣੇ ਨਾਲ ਮੁੰਡਾ ਦੀ ਇੱਕ ਉਹ, ਅਸੀਂ ਨੇ ਪਾਸ ਕਰ ਲਈ, ਪਾਸ ਕਰਕੇ ਬਸ ਉਹਨੂੰ ਕਹਿੰਦਾ ਗਊ ਭੇਜ ਦਿਓ। ਠੀਕ ਹੈ ਜੀ। ਆਪਾਂ ਨੇ ਲੈ ਲਈ। ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਬਸ ਉਹ ਠੀਕ ਹੈ, ਮਤਲਬ ਵਧੀਆ ਗਾਈਆਂ ਨੇ ਉਹਦੇ ਕੋਲ। ਜੇ ਕਿਸੇ ਨੇ ਲੈਣਾ ਹੋਵੇ ਪਸ਼ੂ, ਉੱਥੋਂ ਵਧੀਆ ਡੰਗਰ ਮਿਲਦਾ ਹੈਗਾ, ਦੁੱਧ ਵਾਲਾ, ਅਤੇ ਤਾਜ਼ੀ ਸੂਈ ਹੋਈ, ਜਿਹੋ ਜਿਹੀ ਮਰਜ਼ੀ ਲੈ ਲੈ, ਤਾਜ਼ੀ ਲੈ ਲੈ, ਚਾਹੇ ਮਤਲਬ ਸੂਣ ਵਾਲੀ ਬਹਿੜੀ ਲੈ ਲੈ, ਵਧੀਆ ਮਾਲ ਰੱਖਦਾ। ਕਿੰਨਾ ਦੁੱਧ ਕਹਿ ਕੇ ਦਿੱਤਾ ਇਹਦਾ? ਇਹਦਾ ਦੁੱਧ ਆਪਾਂ ਨੂੰ ਉਹਨੇ 17 ਲੀਟਰ ਕਿਹਾ ਸੀਗਾ, ਸੂਈ ਆ, ਫਿਰ ਗਾਹਾਂ ਅੱਗੇ ਪਤਾ ਲੱਗੂਗਾ। ਠੀਕ ਹੈ ਜੀ। ਕਿਵੇਂ ਦੁੱਧ ਕੱਢਦੀ ਹੈ? ਪਿੱਛੇ ਬੱਸੀ ਹੈ? ਹਾਂ, ਪਿੱਛੇ ਬੱਛੀ ਹੈ, ਵਧੀਆ ਨਸਲ ਦੀ ਬੱਛੀ ਹੈ, ਅਸਲੀ ਪਿਓਰ। ਠੀਕ ਹੈ ਜੀ। ਹਾਂ ਠੀਕ ਆ ਬਾਈ, ਧੰਨਵਾਦ। ਧੰਨਵਾਦ ਬਾਈ। ਲੈ ਦੋਸਤੋ, ਆਪਾਂ ਜਿਹੜੀ ਗਾਂ ਚੜ੍ਹਾਈ ਸੀ ਨਾ ਸਵੇਰੇ, ਵੀਡੀਓ ਪਾਈ ਸੀ ਯੂਟਿਊਬ 'ਤੇ, ਉਹ ਗਾਂ ਬਾਈ ਨੇ ਖਰੀਦ ਲਈ ਸੀ। ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਪਹਿਲਾਂ ਤੁਸੀਂ ਗਾਂ ਚੈੱਕ ਕਰ ਲਓ, ਸਵੇਰੇ ਸੂਈ ਸੀ ਜਿਹੜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ, ਕਿਹੜਾ ਪਿੰਡ ਹੈ? ਆਪਣਾ ਕਿਲਾ ਭਰੀਆ ਪਿੰਡ ਹੈ ਜੀ। ਅੱਛਾ ਜੀ। ਸੁਖਚਰਨ ਮੇਰਾ ਨਾਮ ਹੈ ਜੀ। ਠੀਕ ਹੈ ਜੀ। ਅਤੇ ਇਹ ਗਊ ਆਪਾਂ ਤੜਕੇ ਲਈਏ ਬੈਠ। ਵੀਡੀਓ ਦੇਖੀ ਸੀ? ਹਾਂ, ਵੀਡੀਓ ਦੇਖ ਕੇ ਬਹਿੜੀ, ਫਿਰ ਅਸੀਂ ਗਿਆ ਇੱਥੋਂ। ਠੀਕ ਹੈ ਜੀ। ਜਾ ਕੇ ਸਾਡੇ ਜਿੰਦ ਨੂੰ ਗਊ ਸੂ ਪੀਤੀ ਗੀ। ਠੀਕ ਹੈ ਜੀ। ਜਾ ਕੇ ਸੌਦਾ ਕਰਿਆ ਸੀ ਨਾ ਇਹਦਾ, 55,000 ਰੁਪਏ ਦਾ। ਠੀਕ ਹੈ। ਇਹਦਾ ਮੁੱਲ 57,000 ਰੁਪਇਆ ਸੀ। ਠੀਕ ਹੈ ਜੀ। 55,000 ਦੀ ਗਊ ਆਪਾਂ ਨੇ ਲਈ ਹੈ। ਠੀਕ ਹੈ ਜੀ। ਹਾਂ, ਆਪਣੇ ਘਰ ਪਹੁੰਚ ਚੁੱਕੀ ਆ ਹੁਣ। ਇਹ ਕਿਵੇਂ ਲੱਗਦੀ ਹੈ ਜੀ ਗਾਂ? ਗਊ ਠੀਕ ਹੈ, ਸਾਰੇ ਪੱਖੋਂ ਪੂਰੀ ਹੈ। ਬਾਕੀ ਹੁਣ ਧਾਰਾ ਮਾਰ ਕੇ ਉੱਥੇ ਉਹ ਕਰੀ ਆ, ਬੋਲੇ ਹੀ ਕੱਢੇ। ਕਿੰਨੀਆਂ ਗਾਵਾਂ ਸੀਗੀਆਂ ਟੋਟਲ, ਤੁਸੀਂ ਦੇਖੀਆਂ ਹੋਣੀਆਂ? ਉੱਥੇ ਗਾਵਾਂ ਹੈਗੀਆਂ ਤੇ ਆ, ਘੱਟ ਤੋਂ ਘੱਟ ਮੈਂ ਕਹਿੰਦਾ 10 ਗਊਆਂ ਹੈਗੀਆਂ ਤੇ ਆ। ਠੀਕ ਆ। ਕਿਵੇਂ ਲੱਗਦਾ ਬਾਈ ਦਾ ਕੰਮ? ਕੰਮ ਉਹਦਾ ਬਹੁਤ ਵਧੀਆ ਬਾਈ ਦਾ, ਬਹੁਤ ਵਧੀਆ ਕੰਮ। ਕਿੰਨੇ ਕੁ ਟਾਈਮ 'ਚ ਸੌਦਾ ਕਰ ਲਿਆ ਸੀਗਾ ਤੁਸੀਂ? ਆਪਾਂ ਨੇ ਕੋਈ ਟਾਈਮ ਨਹੀਂ ਕਰਿਆ ਹੈਗਾ, ਲਾਇਆ ਵਾਲਾ। ਠੀਕ ਹੈ ਜੀ। ਅਤੇ ਬਸ ਸਾਰੇ 10 ਮਿੰਟ ਲਾਏ ਨੇਗੇ, ਉਹ ਕਹਿੰਦਾ ਵੀ ਗਊ ਪਾਸ ਕਰ ਲਓ ਤੁਸੀਂ। ਠੀਕ ਹੈ ਜੀ। ਹਾਂ, ਆਪਣੇ ਨਾਲ ਮੁੰਡਾ ਦੀ ਇੱਕ ਉਹ, ਅਸੀਂ ਨੇ ਪਾਸ ਕਰ ਲਈ, ਪਾਸ ਕਰਕੇ ਬਸ ਉਹਨੂੰ ਕਹਿੰਦਾ ਗਊ ਭੇਜ ਦਿਓ। ਠੀਕ ਹੈ ਜੀ। ਆਪਾਂ ਨੇ ਲੈ ਲਈ। ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਬਸ ਉਹ ਠੀਕ ਹੈ, ਮਤਲਬ ਵਧੀਆ ਗਾਈਆਂ ਨੇ ਉਹਦੇ ਕੋਲ। ਜੇ ਕਿਸੇ ਨੇ ਲੈਣਾ ਹੋਵੇ ਪਸ਼ੂ, ਉੱਥੋਂ ਵਧੀਆ ਡੰਗਰ ਮਿਲਦਾ ਹੈਗਾ, ਦੁੱਧ ਵਾਲਾ, ਅਤੇ ਤਾਜ਼ੀ ਸੂਈ ਹੋਈ, ਜਿਹੋ ਜਿਹੀ ਮਰਜ਼ੀ ਲੈ ਲੈ, ਤਾਜ਼ੀ ਲੈ ਲੈ, ਚਾਹੇ ਮਤਲਬ ਸੂਣ ਵਾਲੀ ਬਹਿੜੀ ਲੈ ਲੈ, ਵਧੀਆ ਮਾਲ ਰੱਖਦਾ। ਕਿੰਨਾ ਦੁੱਧ ਕਹਿ ਕੇ ਦਿੱਤਾ ਇਹਦਾ? ਇਹਦਾ ਦੁੱਧ ਆਪਾਂ ਨੂੰ ਉਹਨੇ 17 ਲੀਟਰ ਕਿਹਾ ਸੀਗਾ,